ਲੰਡਨ ਦੇ ਵਿੱਚ ਕਰਨ ਔਜਲੇ ਦੇ ਚੱਲਦੇ ਕਾਨਸਰਟ ਦੇ ਵਿੱਚ ਬੂਟ ਮਾਰਿਆ ਗਿਆ ਹੈ। ਜੀ ਹਾਂ, ਕਰਨ ਔਜਲਾ ਹਾਲ ਹੀ ਦੇ ਵਿੱਚ ਲੰਡਨ ਦੇ ਵਿੱਚ ਪਰਫਾਰਮ ਕਰ ਰਹੇ ਸੀ ਅਤੇ ਉੱਥੇ ਹੀ ਆਡੀਅੰਸ ਦੇ ਵਿੱਚੋਂ ਕਿਸੇ ਵੱਲੋਂ ਕਰਨ ਔਜਲਾ ਦੇ ਬੂਟ ਮਾਰਿਆ ਗਿਆ। ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਕਰਨ ਔਜਲਾ ਦੇ ਬੂਟ ਵਜਿਆ, ਛਾਤੀ ਦੇ ਵਿੱਚ ਕਰਨ ਔਜਲੇ ਦੇ ਬੂਟ ਮਾਰਿਆ ਗਿਆ ਤਾਂ ਉਹ ਬੂਟ ਨੂੰ ਸਾਈਡ ਕਰਦੇ ਨੇ, ਤਾਂ ਉਸ ਤੋਂ ਬਾਅਦ ਜਿਹਨੇ ਵੀ ਬੂਟ ਮਾਰਿਆ ਉਹਨੂੰ ਚੈਲੇਂਜ ਕਰਦੇ ਨੇ, ਗਾਲਾਂ ਕੱਢ ਕੇ ਚੈਲੇਂਜ ਕਰਦੇ ਨੇ ਕਿ ਜੇ ਤੇਰੇ 'ਚ ਦਮ ਹੈਗਾ ਤਾਂ ਤੂੰ ਸਟੇਜ 'ਤੇ ਆ। Come on, please. I don't want to see anything wrong. Be respectful. Let's go, man. Run this shit. It's okay, yo. Don't worry. Be easy. Don't worry. Come on. Inna bada main nahi gaa raha, juttiyan laala mari jande. What's wrong, doggy? ਕਰਨ ਔਜਲਾ ਕਹਿੰਦਾ ਹੈ ਕਿ ਮੈਂ ਕੁਛ ਗਲਤ ਨਹੀਂ ਕੀਤਾ ਅਤੇ ਮੈਂ ਇੰਨਾ ਮਾੜਾ ਵੀ ਨਹੀਂ ਗਾ ਰਿਹਾ ਜਿਹੜਾ ਮੇਰੇ ਬੂਟ ਚੱਕ ਚੱਕ ਕੇ ਮਾਰੀ ਜਾਂਦੇ ਹੋ। ਤਾਂ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਕਰਨ ਔਜਲੇ ਦੇ ਸਟੇਜ ਦੇ ਉੱਤੇ ਬੂਟ ਮਾਰਿਆ ਗਿਆ ਹੈ। ਤਾਂ ਉਸ ਇਨਸਾਨ ਨੂੰ ਵੀ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ, ਉਸ ਇਨਸਾਨ ਨੂੰ ਕਿਸ ਤਰੀਕੇ ਦੇ ਨਾਲ ਕਾਨਸਰਟ 'ਚੋਂ ਬਾਹਰ ਕੱਢਿਆ ਗਿਆ। ਤਾਂ ਇਹ ਖਬਰ ਕਰਨ ਔਜਲੇ ਦੀ ਲੰਡਨ ਤੋਂ ਜਿਹੜੀ ਸਾਹਮਣੇ ਆ ਰਹੀ ਹੈ, ਲੰਡਨ ਦੇ ਵਿੱਚ ਕਰਨ ਔਜਲੇ ਦਾ ਸ਼ੋਅ ਚੱਲ ਰਿਹਾ ਸੀ ਅਤੇ ਉੱਥੇ ਹੀ ਆਡੀਅੰਸ ਦੇ ਵਿੱਚੋਂ ਕਿਸੇ ਵੱਲੋਂ ਕਰਨ ਔਜਲਾ ਦੇ ਬੂਟ ਮਾਰਿਆ ਗਿਆ। ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਕਰਨ ਔਜਲਾ ਦੇ ਬੂਟ ਵਜਿਆ, ਛਾਤੀ ਦੇ ਉੱਤੇ ਕਰਨ ਔਜਲੇ ਦੇ ਬੂਟ ਮਾਰਿਆ ਗਿਆ। ਲੰਡਨ ਦੇ ਵਿੱਚ ਕਰਨ ਔਜਲੇ ਦੇ ਚੱਲਦੇ ਕਾਨਸਰਟ ਦੇ ਵਿੱਚ ਬੂਟ ਮਾਰਿਆ ਗਿਆ ਹੈ। ਜੀ ਹਾਂ, ਕਰਨ ਔਜਲਾ ਹਾਲ ਹੀ ਦੇ ਵਿੱਚ ਲੰਡਨ ਦੇ ਵਿੱਚ ਪਰਫਾਰਮ ਕਰ ਰਹੇ ਸੀ ਅਤੇ ਉੱਥੇ ਹੀ ਆਡੀਅੰਸ ਦੇ ਵਿੱਚੋਂ ਕਿਸੇ ਵੱਲੋਂ ਕਰਨ ਔਜਲਾ ਦੇ ਬੂਟ ਮਾਰਿਆ ਗਿਆ। ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਕਰਨ ਔਜਲਾ ਦੇ ਬੂਟ ਵਜਿਆ, ਛਾਤੀ ਦੇ ਵਿੱਚ ਕਰਨ ਔਜਲੇ ਦੇ ਬੂਟ ਮਾਰਿਆ ਗਿਆ ਤਾਂ ਉਹ ਬੂਟ ਨੂੰ ਸਾਈਡ ਕਰਦੇ ਨੇ, ਤਾਂ ਉਸ ਤੋਂ ਬਾਅਦ ਜਿਹਨੇ ਵੀ ਬੂਟ ਮਾਰਿਆ ਉਹਨੂੰ ਚੈਲੇਂਜ ਕਰਦੇ ਨੇ, ਗਾਲਾਂ ਕੱਢ ਕੇ ਚੈਲੇਂਜ ਕਰਦੇ ਨੇ ਕਿ ਜੇ ਤੇਰੇ 'ਚ ਦਮ ਹੈਗਾ ਤਾਂ ਤੂੰ ਸਟੇਜ 'ਤੇ ਆ। Don't be throwing your shoes and chains. Was it you? What are you trying to do, dog? Come on, please. I don't want to see anything wrong. Be respectful. Let's go, man. Run this shit. It's okay, yo. Don't worry. Be easy. Don't worry. Come on. Inna bada main nahi ga raha, juttiyan laala mari jande. What's wrong, doggy? ਕਰਨ ਔਜਲਾ ਕਹਿੰਦਾ ਹੈ ਕਿ ਮੈਂ ਕੁਛ ਗਲਤ ਨਹੀਂ ਕੀਤਾ ਅਤੇ ਮੈਂ ਇੰਨਾ ਮਾੜਾ ਵੀ ਨਹੀਂ ਗਾ ਰਿਹਾ ਜਿਹੜਾ ਮੇਰੇ ਬੂਟ ਚੱਕ ਚੱਕ ਕੇ ਮਾਰੀ ਜਾਂਦੇ ਹੋ। ਤਾਂ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਕਰਨ ਔਜਲੇ ਦੇ ਸਟੇਜ ਦੇ ਉੱਤੇ ਬੂਟ ਮਾਰਿਆ ਗਿਆ ਹੈ। ਤਾਂ ਉਸ ਇਨਸਾਨ ਨੂੰ ਵੀ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ, ਉਸ ਇਨਸਾਨ ਨੂੰ ਕਿਸ ਤਰੀਕੇ ਦੇ ਨਾਲ ਕਾਨਸਰਟ 'ਚੋਂ ਬਾਹਰ ਕੱਢਿਆ ਗਿਆ। ਤਾਂ ਇਹ ਖਬਰ ਕਰਨ ਔਜਲੇ ਦੀ ਲੰਡਨ ਤੋਂ ਜਿਹੜੀ ਸਾਹਮਣੇ ਆ ਰਹੀ ਹੈ, ਲੰਡਨ ਦੇ ਵਿੱਚ ਕਰਨ ਔਜਲੇ ਦਾ ਸ਼ੋਅ ਚੱਲ ਰਿਹਾ ਸੀ ਅਤੇ ਉੱਥੇ ਹੀ ਆਡੀਅੰਸ ਦੇ ਵਿੱਚੋਂ ਕਿਸੇ ਵੱਲੋਂ ਕਰਨ ਔਜਲਾ ਦੇ ਬੂਟ ਮਾਰਿਆ ਗਿਆ। ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਕਰਨ ਔਜਲਾ ਦੇ ਬੂਟ ਵਜਿਆ, ਛਾਤੀ ਦੇ ਉੱਤੇ ਕਰਨ ਔਜਲੇ ਦੇ ਬੂਟ ਮਾਰਿਆ ਗਿਆ।